ਜੀ ਅਗਲੀ ਗੱਲ ਕਰੀਏ ਦੀਪਕ ਸ਼ਰਮਾ ਜੀ 26 ਸਾਲਾਂ ਦੇ ਵਿੱਚ ਪੰਜਾਬ 'ਤੇ ਪਈ ਸਵਾ ਕਰੋੜ ਦੀ ਬਿਜਲੀ ਸਬਸਿਡੀ ਬਿਲਕੁਲ ਜੀ ਇਹ ਸਹੂਲਤ ਦੇ ਨਾਂ ਦੇ ਉੱਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸ਼ੁਰੂ ਕੀਤਾ ਤੇ ਬੋਝ ਪੰਜਾਬ 'ਤੇ ਸਿਰ ਤੇ ਪੈਂਦਾ ਰਿਹਾ ਸਬਸਿਡੀ ਦਾ ਹਮ ਹੁਣ ਸਵਾਲ ਇਹ ਹੈ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਨਾਂ ਤੇ ਇਹ ਦਮ ਭਰ ਕੇ ਪੈਸੇ ਜਾਰੀ ਕੀਤੇ ਜਾਂਦੇ ਕਿ ਅਸੀਂ ਕਿਸਾਨਾਂ ਨੂੰ ਇੰਨੀ ਬਿਜਲੀ ਮੁਫਤ ਦਿੱਤੀ ਆ ਸਬਸਿਡੀ ਤਾਰੀ ਜੀ ਅਸੀਂ ਜੀ ਐਸ ਸੀ ਬੀ ਸੀ ਓ ਬੀ ਸੀ ਇਹਨਾਂ ਨੂੰ ਜੀ ਬਿਜਲੀ ਮੁਫਤ ਦਿੱਤੀ ਇਸ ਲਈ ਅਸੀਂ ਇਹ ਸਬਸਿਡੀ ਤਾਰੀ ਮਤਲਬ ਤੁਸੀਂ ਜਿਚਾਉਨੇ ਹੋ ਤੁਸੀਂ ਅਹਿਸਾਸ ਕਰਾਉਨੇ ਹੋ ਹੁਣ ਪੰਜਾਬ ਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਹਾਡੇ ਘਰਾਂ ਦੇ ਬਿੱਲ ਅਸੀਂ ਭਰਦੇ ਆ ਹੂੰ ਤੁਹਾਡੇ ਘਰੇ ਚਾਨਣ ਸਾਡੇ ਕਰਕੇ ਆ ਇਸਰ ਵੋਟਾਂ ਦੀ ਰਾਜਨੀਤੀ ਆ ਜਿਹੜਾ ਖਜ਼ਾਨੇ ਚੋਂ ਪੈਸੇ ਤਾਰੇ ਕੱਲ ਭਗਵੰਤ ਮਾਨ ਜੀ ਨੇ ਮਤਲਬ ਛਾਤੀ ਤੇ ਹੱਥ ਮਾਰ ਕੇ ਕਿਹਾ ਕਿ ਆ ਚੱਕੋ 20200 ਕਰੋੜ ਇਕੱਠਾ ਇੱਕ ਵਾਰ ਚ ਕਦੇ ਨਹੀਂ ਕਿਸੇ ਸਰਕਾਰ ਨੇ ਦਿੱਤਾ ਬਕਾਇਆ ਖੜਾ ਹੀ ਰਹਿੰਦਾ ਸੀ ਅਸੀਂ ਇਸ ਸਾਲ ਦਾ ਪੂਰਾ ਲਾਤਾ ਹੂੰ ਤੇ ਪੈਸਾ ਭਗਵੰਤ ਮਾਨ ਜੀ ਘਰੋਂ ਲਿਆਏ ਹੈਨਾ ਮਤਲਬ ਸਵਾਲ ਇਹ ਆ ਕਿ ਜਾਂ ਕੇਜਰੀਵਾਲ ਜੀ ਨੇ ਭੇਜਤੇ ਜਾਂ ਰਗਵ ਚੱਡਾ ਫੜਾ ਗਿਆ ਲਫਾਫਾ ਕੋਈ ਜਾਂ ਮੰਤਰੀਆਂ ਨੇ ਆਪਣੀਆਂ ਤਨਖਾਹਾਂ ਚੋਂ ਦੇਤੇ ਇਹ ਪੰਜਾਬ ਦੇ ਖਜ਼ਾਨੇ ਚੋਂ ਆਏ ਪੰਜਾਬ ਦੇ ਟੈਕਸ ਚੋਂ ਆਏ ਤੇ ਪੰਜਾਬ ਦੇ ਲੋਕਾਂ ਦੇ ਹੀ ਐ ਬਿਲਕੁਲ ਤੇ ਫਿਰ ਤੁਸੀਂ ਕੀ ਦਿੱਤਾ ਸੋ ਇਹ ਇਸ ਲਈ ਅੱਜ ਚਾਉਣ ਦੀ ਜਿਹੜੀ ਆਦਤ ਹੈ ਕਿ ਅਸੀਂ ਕੀਤਾ ਪਹਿਲਾਂ ਕਦੇ ਨਹੀਂ ਹੋਇਆ ਉਸ ਚੀਜ਼ ਦੇ ਉੱਤੇ ਜਦੋਂ ਗੌਰ ਕਰ ਰਹੇ ਸੀ ਤਦ ਮੈਂ ਦੇਖ ਰਿਹਾ ਸੀ ਕਿ ਇਹ ਪੱਠੜ ਤੋਂ ਸ਼ੁਰੂ ਹੁੰਦਾ ਦੌਰ ਠੀਕ ਐ ਬੀਬੀ ਪੱਠੜ ਕਹਿੰਦੀ 7 ਏਕੜ ਤੋਂ ਥੱਲੇ ਵਾਲਿਆਂ ਦੇ ਕਿਸਾਨਾਂ ਨੂੰ ਮੈਂ ਸਬਸਿਡੀ ਦੇਣੀ ਆ ਹੂੰ ਬਾਦਲ ਸਾਹਿਬ 1997 98 ਚ ਆ ਕੇ ਕਹਿੰਦੇ ਆ ਚੱਕੋ ਸਾਰੇ ਕਿਸਾਨਾਂ ਨੂੰ ਮੈਂ ਦੇ ਦਿੰਨਾ ਤੋ ਬਾਅਦ ਚੋ ਸਾਹ ਕਤਾਬ ਲਾ ਕੇ ਕਹਿੰਦੇ ਕਿ ਬਾਦਲ ਸਾਹਿਬ ਥੋਡੇ ਵਰਗੇ ਜੇ ਥੋਡਿਆਂ ਦਾ ਹੀ ਫਾਇਦਾ ਹੋਇਆ ਆਮ ਦੇ ਕੋਲ ਤਾਂ ਇੰਜਨ ਚਲਾਉਣ ਨੂੰ ਵੀ ਡੀਜ਼ਲ ਨਹੀਂ ਹੈਗਾ ਉਹ ਵਿਚਾਰਾ ਬਿਜਲੀ ਕਿੱਥੋਂ ਲੈ ਲੂਗਾ ਕਨੈਕਸ਼ਨ ਹੂੰ ਸੋ ਇਸ ਲਈ ਇਹ ਸਾਰਾ ਕੁਝ ਮਤਲਬ ਕਿ ਵਰਤਾਰਾ ਚੱਲਿਆ ਫਿਰ ਉਸ ਤੋਂ ਬਾਅਦ ਘਰਾਂ ਦੇ ਕਨੈਕਸ਼ਨ ਫਿਰ ਸਨਤਕਾਰਾਂ ਲਈ ਕਨੈਕਸ਼ਨ ਆ ਗਏ ਫਿਰ ਇਹ ਕੈਪਟਨ ਵਾਲੇ ਦੌਰ ਚ ਕਦੇ ਹਟਾਤੇ ਕਦੇ ਲਾਤੇ ਤੇ ਕਰਦੇ ਕਰਾਉਂਦੇ ਇਹ ਮੁਫਤ ਬਿਜਲੀ ਤੱਕ ਵਾਲਾ ਪ੍ਰੋਸੈਸ ਆਇਆ ਸੋ ਉਸ ਨਾਲ ਹੁਣ ਤੱਕ ਪਿਛਲੇ 26 ਸਾਲਾਂ ਦੇ ਵਿੱਚ 1 ਕਰੋੜ 25 ਲੱਖ 698 ਰੁਪਇਆ ਦੀ ਸਬਸਿਡੀ ਪੰਜਾਬ ਦੇ ਖਜ਼ਾਨੇ ਚੋ ਜਾ ਚੁੱਕੀ ਹੈ। ਹੂੰ ਤੇ ਇਹ ਤੁਸੀਂ ਕਿਸਾਨਾਂ ਨੂੰ ਗਰੀਬ ਤਬਕੇ ਨੂੰ ਕਹਿੰਦੇ ਹੋ ਤੁਹਾਨੂੰ ਸਬਸਿਡੀ ਦਿੰਨੇ ਆ ਮੈਂ ਕਹਿੰਦਾ ਆਸਾਨ ਨਹੀਂ ਕਰ ਰਹੇ ਤੁਸੀਂ। ਹੂੰ 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 ਐ ਕਰੋ ਆਜੋ ਸੁਆਮੀ ਨਾਥਨ ਦੀ ਰਿਪੋਰਟ ਤੇ ਆਜੋ ਜਿਵੇਂ ਤਨਖਾਹਾਂ ਵੱਧਦੀਆਂ ਥੁਡੀਆਂ ਜਿਵੇਂ ਭੱਤੇ ਵੱਧਦੇ ਨੇ ਉਵੇਂ ਹਰ ਸਾਲ ਜਨਸਾ ਦੇ ਭਾਅ ਵਧਾਉਣੇ ਸ਼ੁਰੂ ਕਰ ਲਓ। ਹੈ ਨਾ ਤੇ ਆਜੋ ਉਸ ਉਸ ਦੇ ਉੱਤੇ ਸੁਵਮੀ ਨਾਥ ਦੀ ਰਿਪੋਰਟ ਦੇ ਉੱਤੇ ਫਿਰ ਨਹੀਂ ਮੁਫਤ ਬਿਜਲੀ ਦੀ ਲੋੜ ਹੂੰ ਹੂੰ ਫਿਰ ਇਹ ਜਿਚਾਉਣ ਦੀ ਲੋੜ ਨਹੀਂ ਦੋ ਨਾ ਮੁੱਲਪੁਰਾ ਤੁਸੀਂ ਮੁੱਲ ਘੱਟ ਰੱਖ ਕੇ ਉਹਦੇ ਵਿੱਚੋਂ ਹੀ ਪੈਸੇ ਬਚਾ ਕੇ ਇੱਧਰ ਦੇ ਕੇ ਡਰਾਮਾ ਕਰਦੇ ਹੋ ਅਸੀਂ ਤੁਹਾਨੂੰ ਦੇ ਰਹੇ ਹਾਂ ਹੂੰ ਤੇ ਉਸੇ ਤਰ੍ਹਾਂ ਮਜ਼ਦੂਰ ਨੂੰ ਤੁਸੀਂ 100 ਦਿਨ ਵੀ ਦਿਹਾੜੀ ਨਹੀਂ ਦੇ ਰਹੇ ਨਰੇਗਾ ਦੇ ਵਿੱਚ ਹੂੰ ਤੇ ਰੋਟੀ ਉਹਨੇ 365 ਦੇਣੇ ਖਾਣੀਆਂ ਭੁੱਖ 365 ਦੇਣੇ ਲੱਗਣੀਆਂ ਢਿੱਡ ਪੱਕਾ ਲੱਗਿਆ ਜਾਂ ਤਾਂ ਸਰਕਾਰ ਕਿਹਾ ਕਰੇ ਕਿ 100 ਦਿਨ ਭਾਈ ਤੁਹਾਨੂੰ ਰੋਜ਼ਗਾਰ ਦੇਵਾਂਗੇ ਸੋ ਦਿਨ ਟੇਡ ਲਾਜਾ ਕਰਾਂਗੇ ਬਾਕੀ ਦਿਨ ਅਸੀਂ ਲੈ ਜਾ ਕਰਾਂਗੇ ਆਪਣੇ ਨਾਲ ਹਾਂ 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 ਤੇ ਜੇ ਰੋਟੀ 365 ਦਿਨ ਖਾਣੀ ਹੈ ਤੇ ਰੋਜ਼ਗਾਰ ਵੀ 365 ਦਿਨ ਦਿਓ ਦਿਹਾੜੀ ਪੂਰੀ ਦਿਓ ਤੁਸੀਂ ਬਜਟ ਕੇਂਦਰ ਸਰਕਾਰ ਸੂਬੇ ਸਰਕਾਰਾਂ ਨਰੇਗਾ ਦਾ ਬਜਟ ਘਟਾਰੀਆਂ ਨੇ ਕੇਂਦਰ ਨੇ ਇਸ ਵਾਰ ਬਜਟ ਘਟ ਰੱਖਿਆ ਨਰੇਗਾ ਦਾ ਪਹਿਲਾਂ ਪਿਛਲੇ ਸਾਲਾਂ ਨਾਲ ਹੂੰ ਸੋ ਇਸ ਲਈ ਉਹਦੇ ਵਾਰ ਤੁਸੀਂ ਪੂਰੀ ਮਜ਼ਦੂਰੀ ਦਿਓ ਪੂਰੀ ਦਿਹਾੜੀ ਦਿਓ ਨੁਕਸਾਨ ਫਸਲਾਂ ਦੇ ਹੋਣ ਉਹ ਪਰਪਾਈ ਹੋਵੇ ਹੈਨਾ ਮੰਡੀਆਂ ਦੇ ਵਿੱਚ ਪੂਰਾ ਰੋਜ਼ਗਾਰ ਮਿਲੇ ਸਾਰਾ ਇੱਕ ਸਿਸਟਮ ਬਣ ਜਵੇ ਤੇ ਉਹ ਤੋਂ ਬਾਅਦ ਫਿਰ ਲੋੜੇ ਨਹੀਂ ਸਬਸਿਡੀਆਂ ਦੀ ਮੁਤਬੀਲੀ ਨਹੀਂ ਲੋੜੇ ਨਹੀਂ ਅਗਲਾ ਕੁਝ ਮੈਂ पढूंगा ਸੋ ਇਹ ਸਾਰੇ ਪਹਿਲੂ ਕਿ ਤਰ੍ਹਾਂ ਕਿਦਾਂ ਸੰਕੇਤ ਕਰਦੇ ਨੇ ਕਿ ਲੋਕਾਂ ਦੇ ਪੈਸੇ ਚੋਂ ਹੀ ਅਦਾ ਕਰਕੇ ਸਰਕਾਰਾਂ ਆਪਣੇ ਸਿਰ ਤੇ ਆਪ ਹੀ ਸੇਰਾ ਬੰਨਦੀਆਂ ਨੇ ਤੇ ਫਿਰ ਬੰਦਾ ਵੀ ਨਹੀਂ ਬੁਲਾਉਂਦੀਆਂ ਸੇਰਾ ਬੰਨਣ ਨੇ ਪਿੱਛੇ ਧਾਗਾ ਬੰਨਣਾ ਪੈਂਦਾ ਹੂੰ 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 ਉਹ ਵੀ ਨਹੀਂ ਬੁਲਾਉਂਦੀਆਂ ਕਹਿੰਦੇ ਨਾ 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 ਕੋਈ ਹੋਰ ਨਾ ਫੋਟੋ ਚ ਆ ਜਵੇ ਇਕੱਲੇ ਮੇਰੀ ਸਿਰ ਤੇ ਸੇਰਾ ਮੈਂ ਹੀ ਦਿਖਾਂ ਤੇ ਸੇਰਾ ਵੀ ਮੈਂ ਆਪ ਹੀ ਬੰਨੂੰਗਾ ਦੇਖ ਲਓ ਸੋ ਇਸ ਲਈ ਸੇਰੇ ਬੰਨਣ ਵਾਲੀ ਕਵਾਇਤ ਛੱਡਣ ਇਹ ਸਾਰੀ ਵੋਟ ਹੈ ਚਾਹੇ ਪੱਠਣ ਨੇ ਕੀਤਾ ਚਾਹੇ ਬਾਦਲ ਨੇ ਕੀਤਾ ਚਾਹੇ ਕੈਪਟਨ ਨੇ ਕੀਤਾ ਜਾਂ ਚੰਨੀ ਨੇ ਕੀਤਾ ਚਾਹੇ ਮਾਨੋਰ ਹੀ ਕਰ ਰਹੇ ਨੇ ਇਹ ਸਾਰੀਆਂ ਵੋਟ ਦੀ ਰਾਜਨੀਤੀ ਹੈ ਤੇ ਇਹ ਸਾਰਾ ਡਰਾਮਾ ਹੁਣ ਐ ਆ ਜਿਵੇਂ ਜਲੰਧਰ ਦੇ ਵਿੱਚ ਇਹਦੇ ਨਾਲ ਦੀ ਵੋਟਾਂ ਪਾ ਲਈ ਹੂੰ ਜੀ ਜੀ ਇਹ ਤਾਂ ਹੈ ਹੀ ਆ ਜੀ ਹੁਣ ਜਲੰਧਰ ਨੂੰ ਮੁੱਖ ਰੱਖ ਕੇ ਬੜਾ ਕੁਝ ਜਿਹੜਾ ਉਹ ਮੋਦੇ ਜਿਹੜਾ ਉਹ ਚੱਲਦਾ ਹੀ ਰਹਿਣਾ ਹੈ